ਹਾਂਜੀ, ਜੈ ਮਾਤਾ ਦੀ, ਜੈ ਸ਼੍ਰੀ ਰਾਮ। ਮੈਂ ਐਡਵੋਕੇਟ ਅਜੇ ਕੁਮਾਰ, ਪੰਜਾਬ ਪ੍ਰਧਾਨ ਭਗਵਾਨ ਵਾਲਮੀਕਿ ਸ਼ਕਤੀ ਸੈਨਾ। ਮੈਂ ਆਪਣੇ ਵੱਲੋਂ ਔਰ ਆਪਣੀ ਸਮੂਹ ਜਥੇਬੰਦੀ ਦੇ ਵੱਲੋਂ ਔਰ ਦ ਗ੍ਰੇਟ ਰਾਜੀਵ ਦੀਕਸ਼ਿਤ ਗਊਸ਼ਾਲਾ ਦੇ ਵੱਲੋਂ ਅਸੀਂ ਸਮੂਹ ਦੇਸ਼ ਵਾਸੀਆਂ ਨੂੰ, ਸਮੂਹ ਸ਼ਹਿਰ ਵਾਸੀਆਂ ਨੂੰ ਅੱਜ ਦੇ ਪਾਵਨ ਭਾਰਤੀ ਹਿੰਦੂ ਨਵ ਵਰਸ਼ ਦੀ ਲੱਖ ਲੱਖ ਵਧਾਈ ਦਿੰਦੇ ਹਾਂ। ਔਰ ਨਾਲ ਦੀ ਨਾਲ ਮਹਾਮਾਈ ਦੇ ਮਾਂ ਜਗਦੰਬਾ ਜੀ ਦੇ ਪਾਵਨ ਨਰਾਤਿਆਂ ਦੀ ਵੀ ਅੱਜ ਸ਼ੁਰੂਆਤ, ਅੱਜ ਪਹਿਲਾ ਨਰਾਤਾ, ਉਹਦੀ ਵੀ ਲੱਖ ਲੱਖ ਵਧਾਈ ਦਿੰਦੇ ਹਾਂ। ਸੋ ਅੱਜ ਇਸੇ ਚੀਜ਼ ਦੇ ਉਪਲਕਸ਼ ਦੇ ਵਿੱਚ, ਇਹਨਾਂ ਸਭ ਦੇ ਤਿਉਹਾਰਾਂ ਦੇ ਉਪਲਕਸ਼ ਦੇ ਵਿੱਚ, ਦ ਗ੍ਰੇਟ ਰਾਜੀਵ ਦੀਕਸ਼ਿਤ ਗਊਸ਼ਾਲਾ ਦੇ ਵਿੱਚ ਸਾਡੇ ਬਹੁ ਅਰੁਣ ਸ਼ਰਮਾ ਜੀ ਦੀ ਅਧਿਅਕਸ਼ਤਾ ਦੇ ਵਿੱਚ ਹਵਨ ਯੱਗ ਕੀਤਾ ਗਿਆ ਆ। ਔਰ ਇਹ ਹਵਨ ਯੱਗ ਜੋ ਕੀਤਾ ਗਿਆ ਆ, ਪੂਰੇ ਸਮਾਜ ਦੇ ਵਿੱਚ ਸ਼ਾਂਤੀ ਦੀ ਕਾਮਨਾ ਨੂੰ, ਸਭ ਦੇ ਸੁੱਖ ਦੀ ਕਾਮਨਾ ਨੂੰ ਕਰਕੇ ਕੀਤਾ ਗਿਆ ਆ। ਸੋ ਅਸੀਂ ਮਹਾਮਾਈ ਦੇ ਪਾਵਨ ਚਰਨਾਂ 'ਚ, ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਪਾਵਨ ਚਰਨਾਂ 'ਚ ਇਹੀ ਅਰਦਾਸ ਕਰਦੇ ਹਾਂ, ਇਹੀ ਬੇਨਤੀ ਕਰਦੇ ਹਾਂ ਕਿ ਸਾਡੇ ਸਮੂਹ ਦੇਸ਼ ਵਾਸੀਆਂ ਦੇ, ਸਮੂਹ ਦੁਨੀਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਲੋਕ ਤਰੱਕੀਆਂ ਕਰਨ, ਲੋਕ ਚੰਗਾ ਖਾਣ, ਚੰਗਾ ਪਹਿਨਣ, ਚੰਗਾ ਬੋਲਣ, ਔਰ ਆਪਸੀ ਪ੍ਰੇਮ ਪਿਆਰ ਸਾਡਾ ਸਭ ਦਾ ਮਜ਼ਬੂਤੀ ਦੇ ਨਾਲ ਬਣੇ ਰਹੇ। ਔਰ ਨਾਲ ਦੀ ਨਾਲ ਅੱਜ ਦੇ ਜਿਹੜੇ ਅਜਿਹੇ ਪ੍ਰੋਗਰਾਮ ਕਰਨਾ, ਇੱਕ ਸਾਨੂੰ ਨਾਲ ਦੀ ਨਾਲ ਸਮੂਹ ਸੁਸਾਇਟੀ ਨੂੰ, ਸਮੂਹ ਸਮਾਜ ਨੂੰ, ਸਨਾਤਨੀ ਸਮਾਜ ਨੂੰ, ਖਾਸ ਤੌਰ 'ਤੇ ਸਾਡਾ ਜਿਹੜਾ ਯੁਵਾ ਵਰਗ, ਉਹਨਾਂ ਸਭ ਨੂੰ ਇੱਕ ਅਪੀਲ ਵੀ ਆ ਕਿ ਅਸੀਂ ਸਾਰੇ ਆਪਣੇ ਧਰਮ ਦੇ ਨਾਲ, ਆਪਣਾ ਜਿਹੜਾ ਪੁਰਾਣਾ ਸਾਡਾ ਕਲਚਰ ਆ, ਸਾਡੇ ਸੰਸਕਾਰ ਨੇ, ਸਾਡੀ ਸੰਸਕ੍ਰਿਤੀ, ਉਹਦੇ ਨਾਲ ਜੁੜੀਏ। ਕਿਉਂਕਿ ਸਾਡਾ ਵਿਰਸਾ ਐਡਾ ਮਹਾਨ ਆ, ਸਾਡੇ ਸੰਸਕ੍ਰਿਤੀ ਐਡੀ ਮਹਾਨ ਆ, ਅਸੀਂ ਉੱਥੋਂ ਦੂਰ ਹੁੰਦੇ ਜਾ ਰਹੇ ਹਾਂ, ਨਵੇਂਪਨ ਦੀ, ਪੱਛਮ ਦੀ ਦੌੜ ਦੇ ਵਿੱਚ ਰਲਦੇ ਹੋਏ, ਮਾਡਰਨ ਬਣਦੇ ਬਣਦੇ। ਪਰ ਜਿੱਥੇ ਅਸੀਂ ਠੀਕ ਆ, ਸਮੇਂ ਦੇ ਮੁਤਾਬਿਕ ਅੱਜ ਅਸੀਂ ਮਾਡਰਨ ਸਮੇਂ ਵੱਲ ਵੱਧ ਰਹੇ ਹਾਂ, ਪਰ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਜੜ੍ਹਾਂ ਆ, ਜੋ ਸਾਡੇ ਸੰਸਕਾਰ, ਸਾਡੀ ਭਾਰਤੀ ਸੰਸਕ੍ਰਿਤੀ ਆ, ਸਾਨੂੰ ਉਹਦੇ ਨਾਲ ਵੀ ਜੁੜਿਆ ਰਹਿਣਾ ਪਏਗਾ, ਤਾਂ ਹੀ ਸਾਡਾ ਬਚਾਅ ਹੋਏਗਾ। ਬਹੁਤ ਬਹੁਤ ਧੰਨਵਾਦ ਜੀ। ਔਰ ਇੱਕ ਵਾਰ ਫਿਰ ਤੋਂ ਭਾਰਤੀ ਹਿੰਦੂ ਨਵ ਵਰਸ਼ ਬਿਕਰਮੀ ਸੰਮਤ 2081 ਔਰ ਨਾਲ ਹੀ ਮਹਾਮਾਈ ਜਗਦੰਬਾ ਜੀ ਦੇ ਪਾਵਨ ਨਰਾਤਿਆਂ ਦੀ ਲੱਖ ਲੱਖ ਵਧਾਈ। ਬਹੁਤ ਬਹੁਤ ਧੰਨਵਾਦ। ਅੱਜ ਦੇ ਦਿਹਾੜੇ ਨਵਰਾਤਰੇ ਦੇ ਉਪਲਕਸ਼ 'ਚ ਅਤੇ ਨਵੇਂ ਸਾਲ ਦੇ ਉਪਲਕਸ਼ ਦੇ ਵਿੱਚ ਰਾਜੀਵ ਦੀਕਸ਼ਿਤ ਗਊਸ਼ਾਲਾ ਦੇ ਅੰਦਰ ਹਵਨ ਕਰਵਾਇਆ ਜਾ ਰਿਹਾ ਹੈ। ਇਹ ਸਾਲ ਸਾਰੇ ਦਸੂਹਾ ਵਾਸੀਆਂ ਵਾਸਤੇ ਬਹੁਤ ਵਧੀਆ ਰਹੇ, ਭਾਗਿਆਵਾਨ ਰਹੇ, ਲੋਕ ਤਰੱਕੀ ਕਰਨ ਅਤੇ ਆਪੋ ਵਿੱਚ ਮਿਲ ਜੁਲ ਕੇ ਆਪਣੇ ਹਿੰਦੂ ਧਰਮ ਨੂੰ ਬਣਾਉਣ ਦੇ ਵਿੱਚ ਇੱਕ ਦੂਜੇ ਦਾ ਸਹਿਯੋਗ ਕਰਨ। ਧੰਨਵਾਦ। ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ। ਅੱਜ 2081 ਹਿੰਦੂਆਂ ਦਾ, ਹਿੰਦੂ ਧਰਮ ਦਾ ਅੱਜ ਨਵ ਵਰਸ਼ ਹੈ। ਮੈਂ ਸਾਰੇ ਗਊਸ਼ਾਲਾ ਦੇ ਮੈਂਬਰਾਂ ਨੂੰ, ਸਾਰੇ ਇਲਾਕੇ ਨੂੰ, ਸਾਰਾ ਦਸੂਹੇ ਨਿਵਾਸੀਆਂ ਨੂੰ ਇਸ 2081 ਨਵ ਵਰਸ਼ ਦੀਆਂ, ਹਿੰਦੂਆਂ ਦੇ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਅੱਜ ਹੀ ਨਰਾਤੇ ਆ, ਮੈਂ ਸਾਰਿਆਂ ਨੂੰ ਨਰਾਤਿਆਂ ਦੀ ਵੀ ਬਹੁਤ ਬਹੁਤ ਵਧਾਈ ਦਿੰਦਾ। ਅੱਜ ਗਊਸ਼ਾਲਾ, ਰਾਜੀਵ ਦੀਕਸ਼ਿਤ ਗਊਸ਼ਾਲਾ ਦੇ ਵਿੱਚ ਨਵ ਵਰਸ਼ ਦੇ ਉਪਲਬਧ ਦੇ ਵਿੱਚ ਅੱਜ ਬੜਾ ਵੱਡਾ ਹਵਨ ਕਰਾਇਆ ਜਾ ਰਿਹਾ। ਉਸ ਤੋਂ ਬਾਅਦ ਤੁੱਟ ਲੰਗਰ ਵਰਤਿਆ ਜਾਏਗਾ।